ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਮਾਈ ਯੂਟਿਊਬ ਚੈਨਲ ਜਿਹਦਾ ਨਾਮ ਹੈ ਗੁਰਬੀ ਕਾਪੜੇ। ਅਤੇ ਸ਼ੁੱਧ ਵੱਜ ਗਿਆ 9:10 ਵੱਜ ਗਏ, 11 ਵੱਜ ਗਏ। ਆਪਾਂ ਅੱਜ ਜਾਣਾ, ਹੁਣ ਪੀਣ ਲੱਗੀ ਹਾਂ ਚਾਹ। ਤੁਸੀਂ ਟਾਈਮ ਚੈੱਕ ਕਰੋ, ਇੰਨਾ ਹੋ ਗਿਆ। ਰਾਤੀ ਅਸੀਂ ਲੇਟ ਹੋ ਗਏ ਸੀਗੇ, ਸੌਂਦੇ ਸੌਂਦੇ ਤਾਂ ਕਰਕੇ ਲੇਟ ਉੱਠੇ ਹਾਂ। ਅਤੇ ਬਾਪੂ ਇੱਧਰ ਚਲਾਉਂਦੇ ਪਏ ਆ ਫੋਨ। ਲੈ ਵੀ ਇੱਧਰ ਆਏ ਉਹਨੇ ਦੀਦੀ ਹੋਣੀ, ਤੁਸੀਂ ਕੀ ਹੱਥ ਚੁੱਕੀ ਆ ਓਏ? ਉਹ ਹਰਗੂ ਦੇ ਨਾਲ ਖੇਡਣ ਡੇ ਤੈਨੂੰ ਕੀ ਕਰ ਲਈ? ਕਿੱਥੇ ਚੱਲੇ ਹੋ? ਚੱਲ ਗਾਂ ਤੇ ਆ ਜਾ, ਉਹ ਸ਼ਗਨ ਲਾਉਣ ਲੱਗੇ ਆ। ਰੁਕ ਜਾ ਓਏ, ਇੱਧਰ ਆ। ਕਿੱਡਾ ਤੂੰ ਡੋਲੂ ਫੜਿਆ? ਇੱਧਰ ਆ। ਗੋਪੀ ਬੈਠੇ ਇੱਧਰ ਹੁਣ ਦੇਖਣ ਡੇ ਆ ਫੋਨ। ਤੁਸੀਂ ਫੋਨ ਵੇਖੀ ਜਾਂਦੇ, ਹੋਰ ਜਾਣਾ ਹੀ ਆ ਆਏ ਵੇਖਣ? ਹੈ ਸਾਰੇ ਜਾਣੇ, ਜਿੰਨੇ ਜਾਣੇ ਹੈਗੇ ਆਪਾਂ। ਕਾਹਦੇ ਵਾਸਤੇ ਲਾਇਆ ਵਾ? ਪ੍ਰੈਗਨੈਂਸ? ਉੱਥੋਂ ਲੈ ਕੇ ਆਵਾਂਗੇ, ਆਨਲਾਈਨ ਮੰਗਵਾਵਾਂਗੇ। ਉਹਦੇ ਹਰ ਗੁਣਾ ਹੋਵੇ ਇੱਧਰ ਦੇਖੋ। ਚਾ ਹਾਂਜੀ, ਅਤੇ ਹੁਣ ਆਪਾਂ ਰੈਡੀ ਹੋ ਗਏ ਹਾਂ, ਅਤੇ ਹੁਣ ਆਪਾਂ ਜਾਣਾ ਹੈ ਸਾਸਤਰੀ ਨਗਰ ਅਤੇ ਮੇਲਾ ਵੇਖਣ। ਅਤੇ ਸੰਦੀਪ ਜੀ ਦੇ ਸਿਸਟਰ ਆਏ ਹੋਏ ਦੋਨੋਂ, ਅਤੇ ਦੁਪਹਿਰੇ ਹੀ ਆਏ ਸੀਗੇ। ਅਤੇ ਆਪਾਂ ਹੁਣ ਜਾਵਾਂਗੇ ਸਾਰੇ ਜਣੇ ਮੇਲਾ ਵੇਖਣ। ਅਤੇ ਸਵੇਰੇ ਹੋਰ ਪ੍ਰੋਗਰਾਮ ਨੇ ਵੀ ਆ ਜਾਣਾ ਆ। ਅਤੇ ਅਸੀਂ ਵੀ ਆਏ ਤਾਂ ਆਪਣੀ ਏਜੰਸੀ ਸੀ, ਜਦੋਂ ਅਸੀਂ ਪਿਛਲੇ ਤੌਰ 'ਤੇ ਦੇਖੇ ਹਾਂ ਸਿੱਧੇ ਇੱਥੇ ਨਹੀਂ ਆ ਗਏ। ਅਤੇ ਸਾਨੂੰ ਇੰਨੇ ਦਿਨ ਇੱਥੇ ਰੁਕਣਾ ਪੈਣਾ, ਕਿਉਂਕਿ ਜੇ ਅਸੀਂ ਚਲੇ ਜਾਂਦੇ ਵਾਪਸ ਅਤੇ ਬਦਲ ਦਾ ਵਿਆਹ ਦੇਖਣ ਲਈ, ਕੱਲ੍ਹ ਨੂੰ ਸਾਡੇ ਆਇਆ ਨਹੀਂ ਜਾਣਾ, ਕਿਉਂਕਿ ਫਿਰ ਕੱਲ੍ਹ ਨੂੰ ਬੱਸਾਂ ਨਹੀਂ ਆਉਣੀਆਂ, ਰਸ਼ ਬਹੁਤ ਜ਼ਿਆਦਾ ਹੋਇਆ ਇਸ ਕਰਕੇ। ਅਤੇ ਹੁਣ ਆਪਾਂ ਜਾਵਾਂਗੇ ਮੇਲਾ ਵੇਖਣ, ਅਤੇ ਮੈਂ ਬੋਪ ਨੂੰ ਕਹਿੰਦੀ ਕਿ ਪਹੁੰਚੋ ਅਤੇ ਆ ਕੇ ਪਹੁੰਚੋ। ਅਤੇ ਇਹ ਉਹਦੇ ਨੂੰ, ਅਤੇ ਮੈਂ ਸੰਦੀਪ ਜੀ ਦੇ ਸੂਟ ਪਾ ਲਿਆ, ਕਿਉਂਕਿ ਮੈਂ ਕੱਪੜੇ ਵਗੈਰਾ ਲੈ ਕੇ ਹੀ ਨਹੀਂ ਸੀਗੀ ਆਈ। ਅਤੇ ਤਦ ਕਰਕੇ ਬਾਬਾ ਜੀ ਦੇ ਵਿਆਹ ਵਾਸਤੇ ਮੈਂ ਸਪੈਸ਼ਲ ਸੂਟ ਸਟਿਚ ਕਰਵਾਏ ਸੀਗੇ। ਅਤੇ ਚਲੋ, ਜੇ ਅਗਰ ਜੇ ਤਾਂ ਮੰਮੀ ਆ ਗਏ ਤਾਂ ਲੈ ਆਓਗੇ, ਜੇ ਉਹਨਾਂ ਤੋਂ ਨਾ ਲੱਗ ਗਿਆ, ਕਿਉਂਕਿ ਕੱਲ੍ਹ ਨੂੰ ਬੱਸਾਂ ਆਉਣੀਆਂ ਨੇ ਅਤੇ ਗੱਡੀ ਸਾਡੀ ਠੀਕ ਨਹੀਂ ਹੈਗੀ, ਹੈ ਨਾ। ਅਤੇ ਉਹਨੂੰ 4-5 ਦਿਨ ਠੀਕ ਹੋਣ ਲੱਗ ਜਾਣੀ ਆ। ਅਤੇ ਜੇ ਤਾਂ ਮੰਮੀ ਆ ਗਏ ਤਾਂ ਕੱਪੜੇ ਲੈ ਆਓਗੇ, ਨਹੀਂ ਤਾਂ ਫਿਰ ਅੱਗੇ ਫਾਲੂ ਲੈਣਾ ਹੋ ਗਿਆ, ਫਿਰ ਅਤੇ ਦੂਸਰੇ ਵਿਆਹ ਦੇ ਕੱਪੜੇ ਪਾ ਕੇ ਜਾਵਾਂਗੇ। ਹੋਇਓ ਤਿਆਰ ਤੁਸੀਂ? ਨਾ ਪਜਾਮਾ ਜ਼ਰੂਰ ਬਈ, ਚਲੋ
ਹੋਇਓ ਹੋਇਓ ਉੱਠ ਜਾ ਸ਼ਰਾਈ ਨੂੰ ਲੱਭਦੀ ਉਹ ਗੋਪੀ ਲੱਗਿਆ ਹੁਣ ਤਿਆਰ ਹੁਣ ਦੀਦੀ ਦਾ ਕਹਿੰਦਾ ਪਰਨਾ ਨਹੀਂ ਬੰਨਣਾ ਉਹ ਵਾਲਾ ਪਰਨਾ ਨਹੀਂ ਲੱਗਣਾ ਅਤੇ ਮਾਮਾ ਜੀ ਨੇ ਇੱਧਰ ਲਗਾ ਦਿੱਤਾ ਪਾਠ ਅਤੇ ਟਾਈਮ 6:30 ਹੋ ਚੱਲਿਆ ਬਸ ਆਪਾਂ 7 ਵਜੇ ਤੱਕ ਨਿਕਲਾਂਗੇ ਹੈ ਚੱਲੀਏ ਹਾਂਜੀ ਗਾਇਸ ਤਾਂ ਆਪਾਂ ਚੱਲੇ ਹਾਂ ਮੇਲੇ ਅਤੇ ਮੰਮੀ ਵੀ ਕਹਿ ਰਹੀ ਤਾਂ ਆਪਾਂ ਤਿਆਰ ਤਾਂ ਹੋਏ ਹਾਂ ਚਲੋ ਗਾਇਸ ਚੱਲੀਏ ਸਾਰੇ ਜਣੇ ਚੱਲੇ ਚਲੋ 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 ਗਾਇਸ ਚਲੋ ਚਲੋ ਗਾਇਸ ਚਲੋ ਇੱਥੇ ਲੱਗ ਗਿਆ ਲੰਗਰ ਕੱਲ ਇੱਥੇ ਖਾਧਾ ਹੀ ਨਹੀਂ ਦੀਪੂ ਇੱਥੇ ਲੰਗਰ ਖਾਧਾ ਹੀ ਸਾਰੀ ਕੱਲ ਵੀ ਅਸੀਂ ਇੱਥੇ ਹੀ ਖਾ ਕੇ ਗਏ ਹਾਂ ਮੰਮੀ ਮੇਰਾ ਫੋਨ ਵੀ ਘਰੇ ਰਹਿ ਗਿਆ ਉਹ ਚੰਡੋਲ ਕੋਲ ਆ ਇੱਧਰ ਜਿਹੜਾ ਘੁੰਮਣ ਡਿਆ ਜਿੱਥੇ ਬੈਠੇ ਚੰਡੋਲ ਰੋਟੀ ਤੇ ਧਿਆਨ ਰੱਖਿਓ ਫੋਨ ਦਾ ਕੰਮ ਵਾਲੀ ਉਧਰ ਲੱਗਰ ਗੁਣ ਦਈਆ ਮੰਗਣਾ ਭਗਾਨੇ ਜੋ ਵੀ ਇਹਨੇ ਉਹ ਵੀ ਲੈਣਾ ਤੇ ਹਰ ਗੁਣ ਔਖਾ ਓਦਾਂ ਪਾਸੀਆਂ ਵੀ ਲੈਂਦੀ ਹੈ ਔਖਾ ਇਹਦਾ ਆਹ ਲੈਣਾ ਇਹਨੂੰ ਬਸ ਖਾਣਾ ਪੁੱਤਰ ਹੈ ਖਾਣਾ ਕੁਛ ਦੱਸ ਕੀ ਕਹਿਣਾ ਅੱਛਾ ਆ ਗਏ ਮੇਲੇ ਦੇ ਫਿਰ ਕੀ ਲੈਣਾ ਕੀ ਲੈਣਾ ਦੁਬਾਰਾ ਹਰ ਗੁਨ ਮੋ ਜੀ ਮੈਂ ਇਹਦੀਆਂ ਦਹੀਂ ਉਂਗਲਾਂ ਕਿਹੋ ਜਿਹਾ ਹਾਂ ਉੱਧਰ ਦੱਸ ਲਓ ਵੀ ਆਪਾਂ ਆ ਗਏ ਹਾਂ ਸਤਰੀ ਨਗਰ ਭੀੜ
ਵੇ ਕਿੰਨੀ ਪੂਰੀ ਕੇ ਵਾਓ ਵਾਓ ਗਾਦੋ ਆ ਪੰਪ ਹਵਾ ਹਵਾ ਪੰਪ ਥੋੜੀਆਂ ਆ ਰਹੀਆਂ ਉਹਦੀਆਂ ਠੀਕ ਹੈ ਥੋੜੀ ਆ ਉਹ ਆ ਹਾਂ ਨਹੀਂ ਕਿ ਅਖਰੋਡ ਲੱਗਣ ਡੀ ਯਾਰ ਗਰਮੀ ਬਾਕੀ ਸਾਰੇ ਜਣੇ ਆ ਮੇਲਾ ਪੂਰਾ ਭੱਜ ਗਿਆ ਮਹਾਰਾਜ ਦੀ ਕਿਰਪਾ ਨਾਲ ਠੀਕ ਆ ਅਸੀਂ ਤਾਂ ਸਾਈਡ ਤੇ ਉਹਦੇ ਦੀਦੀਆਂ ਦੇ ਆਪਣੀਆਂ ਪਸ ਪਸ ਲਈਆਂ ਵੇਖਦੇ ਹਾਂ ਇਹ ਪਠਾਨਕੋਟ ਹੈ ਵੀ ਦੇਖੋ ਪਰਸ ਕਿੰਨੇ ਲੱਗੇ ਨੇ ਡੋਲ ਆਈ ਉਹ ਭਾਈ ਦਾਲ ਖੰਡ ਆ ਬਹਿਗੇ ਰੁਕ ਗਈ ਆ ਆਪਣੀ ਵਾਰੀ ਆਈ ਗਈ ਹੁਣ ਗੋਪੀ ਚਲੇ ਗਏ ਡਰਦੇ ਮਾਰੇ ਵੀ ਮੈਂ ਝੂਟਾ ਨਹੀਂ ਲੈਣਾ ਤੇ ਹੁਣ ਦੀਦੀ ਦਾ ਲੱਭਣ ਡਿਆ ਵਾ ਉਹਨੂੰ ਪਤਾ ਨਹੀਂ ਕਿੱਧਰ ਚਲੇ ਗਏ ਆ ਗਿਆ ਤੇਜ ਬਣਿਆ ਜੀ ਆ ਜਾਓ ਆ ਜਾਓ ਆ ਗਿਆ ਗੋਪੀ ਆਉਂਦੇ ਨਹੀਂ ਤਾਂ ਲੜਾਈ ਹੋ ਗਈ ਲੱਗਾ ਪੂਰਾ ਲੈ ਗਈ
ਬੱਸ ਦਾ ਵੇਟ ਕਰਨਾ ਸੁਣ ਸਾਨ ਇੱਕ ਹਾਂਜੀ ਮੈਡਮ ਜੀ ਸਰ
ਕਾਣੀ ਆ ਇਹਨਾਂ ਨੂੰ ਬਾਕੀ ਅੱਧੀ ਆਏਗਾ ਮਜ਼ਾ ਬਸ ਤੇ ਹੋਈ ਨੀ ਕੋਈ ਹਲੇ ਬੱਸਾਂ ਬੁਰੀਆਂ ਫੁੱਲ ਤੇ ਉਹ ਨੀ ਦੇ ਬੱਸਾਂ ਹਾਂ ਦਸ ਵਜੇ ਚਲੋ ਚੱਲੀ ਹੁਣ ਬੱਸਾਂ ਨੇ ਉਹ ਨੀ ਦੇਣੀਆਂ ਆਹ ਬੱਸ ਹਾਂਜੀ ਅਤੇ ਆਪਾਂ ਸੰਦੀਪ ਦੀਦੀ ਦੀ ਸਿਸਟਰ ਉਹਨਾਂ ਨੂੰ ਚੜ੍ਹਾ ਕੇ ਬੱਸੇ ਆ ਗਏ ਸੀਗੇ ਅਤੇ ਤਕਰੀਬਨ ਇਹਨਾਂ ਦਾ 10 ਵਜੇ ਦਾ ਟਾਈਮ ਸੀਗਾ ਅਤੇ ਜਾਣਾ ਸੀ ਉਹਨਾਂ ਨੇ ਜ਼ਰੂਰੀ ਫਿਰ ਬੱਚਿਆਂ ਨੇ ਸਕੂਲ ਜਾਣਾ ਸੀ ਤਦ ਕਰਕੇ ਅਤੇ ਆਪਾਂ ਹਾਈਵੇ 'ਤੇ ਜਾ ਕੇ ਚੜ੍ਹਾ ਲਈਏ ਜੀ ਅਤੇ ਹੁਣ ਆਪਾਂ ਘਰ ਵਾਪਸ ਆ ਗਏ ਸੀਗੇ ਅਤੇ ਥੱਕ ਗਏ ਸੀ ਬਹੁਤ ਜ਼ਿਆਦਾ ਅਤੇ ਹੁਣ ਆਪਾਂ ਲੱਗੇ ਹਾਂ ਰੋਟੀ ਖਾਣ ਸਾਰੇ ਰੋਟੀ ਖਾਣ ਲੱਗੇ ਹੁਣ ਸਾਰੇ ਜਣੇ ਗੁਰਪਿੰਦਰ ਵੇਦੇ ਪਏ ਸੀ ਪੰਡੀਆ ਸਟੋਰ ਅਤੇ ਬਾਕੀ ਜੇ ਤੁਹਾਨੂੰ ਅੱਜ ਸਾਡਾ ਵਲੋਗ ਵਧੀਆ ਲੱਗਾ ਹੋਇਆ ਅਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਅਤੇ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੋਗ ਦੇ ਵਿੱਚ ਅਤੇ ਅੱਗੇ ਇੰਸਟਾਗ੍ਰਾਮ ਦੀ ਆਈ ਡੀ ਆ ਅਤੇ ਮੇਲ ਅਤੇ ਗੁਪੀ ਦੀ ਉਹਨੂੰ ਵੀ ਫੋਲੋ ਕਰ ਲਿਓ ਜੀ ਓਕੇ ਅਤੇ ਆਹ ਗੁਪੀ ਦੀ ਆਈ ਡੀ ਆ ਇੰਸਟਾਗ੍ਰਾਮ 'ਤੇ ਅਤੇ ਇਹਦੇ 'ਤੇ ਵੀ ਫੋਲੋ ਕਰ ਲਓ ਆਹ ਮੇਰੀ ਆਈ ਡੀ ਆ ਇੰਸਟਾਗ੍ਰਾਮ 'ਤੇ ਅਤੇ ਇਹਨੂੰ ਵੀ ਫੋਲੋ ਕਰ ਲਓ